ਘਰ ਜਿਹੜਾ ਜੀਰੇ ਦੇ ਵਿੱਚ ਜੀ ਕਦੀ ਯਾਦ ਆਉਂਦਾ? ਆਉਂਦਾ ਰੋਜ਼ਾਨਾ, ਨਕਸ਼ਾ ਹੋਵੇ ਯਾਦ ਆ ਸੋਹਣਾ। ਅੱਛਾ, ਹਾਂ ਦਿਲ ਕਰਦਾ ਜਾਣ? ਦਿਲ ਤਾਂ ਜ਼ਰੂਰ ਕਰਦਾ। ਕਿੰਨਾ ਕੁ ਯਾਦ ਆਉਂਦਾ? ਬਹੁਤ ਯਾਦ ਆਉਂਦਾ ਯਾਰ, ਬਾਜੇ ਬਾਜੇ ਵੇਲੇ ਤਾਂ ਮੈਨੂੰ ਆਂਸੂ ਆ ਜਾਂਦੇ ਰਾਤ ਨੂੰ, ਮੈਂ ਇੱਥੇ ਇਕੱਲਾ ਪਿਆ ਹੁੰਦਾ। 19 ਸਾਲ ਵਿੱਚ ਉਤਨਾ ਸੋਚਿਆ ਤਾਂ ਸਦਾ ਨਹੀਂ ਆਰਾਮ ਦੀ ਕਿਹੜੀ ਰਹਿਣੀ, ਇੱਕ ਦਿਨ ਉਮਰ ਦੀ ਡੋਰ ਨੇ ਟੁੱਟ ਜਾਣਾ, ਗੁੱਡੀ ਸਦਾ ਨੀ ਜੱਗ ਤੇ ਚੜੀ ਰਹਿਣੀ। ਤੇ ਭੱਲੀ ਸਾਹਿਬ ਖੱਤਰੀਆਂ ਦਾ ਮੁੰਡਾ ਸੀ, ਉਹ ਸਾਡਾ ਮੈਨੇਜਰ ਸੀ। ਕੀ ਨਾਂ ਦੱਸਿਆ? ਭੱਲੀ ਸ਼ਾਹ ਵਾਲੇ ਮੇਰੇ ਨਾਨਕੇ ਰਹਿੰਦੇ ਸੀ। ਤੇ ਮੇਰੀ ਵਾਲਦਾ ਰੋਣ ਲੱਗ ਪਈ, ਮੇਰਾ ਵਾਲਦ ਰਾਤ ਨੂੰ ਗਿਆ ਤੇ ਉਹ ਕਹਿਣ ਲੱਗਾ ਵੀ ਮਾਲ ਮੰਨੀ ਜਿਹੜਾ ਇਹ ਖੜਾ ਕਿੱਲਿਆ ਤੇ ਹੀ, ਤੇ ਬੰਦਾ ਬਸ਼ਰ ਕੋਈ ਨੀ ਉੱਥੇ ਸ਼ਾਹ ਵਾਲੇ ਦੇ ਵਿੱਚ। ਕਿਹੜੇ ਕਿਹੜੇ ਪਿੰਡਾਂ ਦੇ ਉੱਥੇ ਲੋਕ ਕੈਂਪ 'ਚ ਆਏ ਸੀ? ਸਨੇਰਾ ਦੇ, ਬੱਗੀ ਪਤਨੀ ਦੇ, ਸ਼ਾਹ ਵਾਲੇ ਦੇ, ਬਹੁਤ ਲੋਕ ਉੱਥੇ ਬਹੁਤ ਜਮ੍ਹਾਂ ਸੀਗੇ। ਅੱਛਾ, ਤੇ ਰਾਹ ਦੇ ਵਿੱਚ ਕੋਈ ਬੰਦੇ ਮਰੇ ਹੋਏ ਵੀ ਦੇਖੇ? ਹਾਂ, ਮਰੇ ਬਹੁਤ। ਅੱਛਾ, ਪਸ਼ੂ ਵੀ ਮਰੇ ਬਹੁਤ ਵੇਖੇ, ਪਸ਼ੂਆਂ ਦੇ ਕਈਆਂ ਦੇ ਗੋਲੀਆਂ ਲੱਗੀਆਂ ਵੀ ਦੇਖੀਆਂ, ਬਰਸ਼ੀਆਂ ਵੀ ਲੱਗੀਆਂ ਦੇਖੀਆਂ। ਜਿਹੜੀ ਮੱਲਾਂ ਵਾਲੇ ਨਾੜੇ ਮੇਰੀ ਵਾਲਦਾ ਕਹਿਣ ਲੱਗੀ ਵੀ ਪਾਣੀ ਪੀਣਾ। ਅੱਛਾ, ਉਹ ਮੈਂ ਉੱਥੇ ਗਿਆ ਖੂਹ ਤੇ, ਮੇਰਾ ਵਾਲਦ ਤੇ ਮੈਂ ਵੀ ਬੋਕੇ ਨਾਲ ਪਾਣੀ ਕੱਢਦੇ ਹਾਂ, ਤੇ ਉਹ ਉਹਦੇ ਵਿੱਚ ਲਾਸ਼ਾਂ ਪਈਆਂ। ਉਹਨੇ ਕਿਹਾ ਦੱਸ ਦਾ ਗੁਲਾਮ ਇੱਜ਼ਤ ਬੇਗ ਨੂੰ, ਕਾਲ ਦੇ ਵਧਾਵੇ ਇਸ਼ਕ ਤੇਗ ਨੂੰ, ਦੇਖੇ ਆ ਜਨਾਨਾ ਦੇ ਸਿਜਾਰ ਦਾ, ਲਾਲ ਜੈਸਾ ਦਾਗ ਦਾ ਖਚੇਰਾ ਨਾਰ ਦਾ। ਹਾਂਜੀ, ਸਾਡੇ ਅੰਗਾਰੇ ਦੇ ਨਾਜ਼ਰੀਨ ਵਾਸਤੇ ਅਸੀਂ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ। ਅਤੇ ਇਹ ਵੀਡੀਓ ਦਾ ਸਿਲਸਿਲਾ ਜਿਹੜਾ ਹੈ, ਇਹ ਸਾਰੇ ਸਾਡੀ ਉਸ ਸਿਲਸਿਲੇ ਦੀ ਕੜੀ ਹੈ ਕਿ ਜਿਹਦੇ ਵਿੱਚ ਅਸੀਂ ਪਿਛਲਾ ਜਿਹੜਾ ਜ਼ਮਾਨਾ, ਜਿਹੜਾ ਸਮਾਂ ਜਿਹੜਾ ਗੁਜ਼ਰਿਆ, ਉਹਦੇ 'ਚ ਬਜ਼ੁਰਗਾਂ ਦੇ ਨਾਲ ਇੰਟਰਵਿਊ ਕਰਦੇ ਹਾਂ। ਖਾਸ ਕਰ ਅਸੀਂ ਉਹਨਾਂ ਬਜ਼ੁਰਗਾਂ ਨੂੰ ਅਸੀਂ ਲੱਭ ਰਹੇ ਹਾਂ ਜਿਹੜੇ ਕੋਈ 47 ਤੋਂ ਪਹਿਲਾਂ ਦਾ ਜਿਨ੍ਹਾਂ ਦਾ ਜਨਮ ਹੈ, ਕਿਉਂਕਿ ਇਹ ਉਹ ਲੋਕ ਨੇ ਜਿਹੜੇ ਸਾਨੂੰ ਕੋਈ ਉੱਥੋਂ ਦੀਆਂ ਗੱਲਾਂ ਦੱਸਦੇ ਨੇ, ਔਰ ਜਿਹੜੇ ਦੁੱਖਾਂ ਦੇ ਨਾਲ ਇਹ ਉੱਥੋਂ ਇੱਧਰ ਆਏ, ਚੜ੍ਹਦੇ ਤੋਂ ਲੈਂਦੇ ਪੰਜਾਬ ਆਏ, ਇਹ ਸਾਰੀਆਂ ਗੱਲਾਂ ਇਹਨਾਂ ਦੇ ਕੋਲ ਮੌਜੂਦ ਨੇ। ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਸਾਡੇ ਕੋਲ ਤਾਰੀਖ ਜਿਹੜੀ ਹੈ ਉਹ ਇੱਕ ਸੱਚੇ ਅੰਦਾਜ਼ ਦੇ ਨਾਲ ਜਿਹੜੀ ਪਹੁੰਚ ਜਾਵੇ। ਅਤੇ ਬਹੁਤ ਸਾਰੇ ਬਜ਼ੁਰਗਾਂ ਦੇ ਪਹਿਲੇ ਵੀ ਅਸੀਂ ਇੰਟਰਵਿਊ ਕੀਤੇ ਨੇ, ਅੱਜ ਅਸੀਂ ਮੌਜੂਦ ਹਾਂ ਇੱਕ ਨਵੇਂ ਇੰਟਰਵਿਊ ਦੇ ਨਾਲ। ਚੱਕ ਨੰਬਰ 13-14L, ਤਹਿਸੀਲ ਚੀਚਾਵਤਨੀ, ਜ਼ਿਲ੍ਹਾ ਸਾਹੀਵਾਲ, ਅਤੇ ਸਟੇਸ਼ਨ ਲੱਗਦਾ ਹੈ ਕੱਸੋਵਾਲ ਦਾ। ਅਤੇ ਅਸੀਂ ਉਸ ਪਿੰਡ ਦੇ ਵਿੱਚ ਮੌਜੂਦ ਹਾਂ, ਅਤੇ ਪਹਿਲੇ ਵੀ ਅਸੀਂ ਇਸ ਪਿੰਡ ਦੇ ਬਹੁਤ ਸਾਰੇ ਬਜ਼ੁਰਗਾਂ ਨਾਲ ਤੁਹਾਡੀ ਮੇਲ ਮੁਲਾਕਾਤ ਕਰਵਾਈ ਹੈ, ਔਰ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਜਿਹੜਾ ਹੈ ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਲੋਕ ਨੇ। ਅਤੇ ਅੱਜ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ, ਆਓ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕਿ ਇਹਨਾਂ ਦੇ ਕੋਲ ਕੀ ਕੁਝ ਹੈ, ਕਿਹੜੀਆਂ ਸਾਨੂੰ ਗੱਲਾਂ ਦੱਸਦੇ ਨੇ, ਤਾਰੀਖ ਦੀਆਂ ਗੱਲਾਂ, ਦਾਨਿਸ਼ ਦੀਆਂ ਗੱਲਾਂ, ਅਤੇ ਜਿਹੜਾ ਲੰਘਿਆ ਵੇਲਾ ਜਿਹੜਾ ਹੈ ਉਹਦੀਆਂ ਗੱਲਾਂ, ਇਹ ਸਾਰੀਆਂ ਅੱਜ ਇਹਨਾਂ ਦੇ ਨਾਲ ਅਸੀਂ ਇਹਨਾਂ ਦੇ ਕੋਲੋਂ ਪੁੱਛਾਂਗੇ, ਔਰ ਇਹ ਗੱਲਾਂ ਹੋ ਸਕਦਾ ਹੈ ਸਾਡੇ ਆਉਣ ਵਾਲੇ ਵੇਲੇ ਦੇ ਵਿੱਚ ਇੱਕ ਹਵਾਲਾ ਬਣ। ਅਸਲਾਮ ਅਲੈਕਮ ਜੀ। ਵਾਹਲੈਕਮ ਸਲਾਮ ਜੀ। ਹਾਂਜੀ, ਕੀ ਹਾਲ ਹੈ ਜੀ? ਅੱਲਾਹ ਦਾ ਸ਼ੁਕਰ ਹੈ ਜੀ, ਅਲਹਮਦੁਲਿਲਾ। ਅੱਛਾ, ਹੋਰ ਸੁਣਾਓ, ਸਭ ਤਬੀਅਤਾਂ ਸਿਹਤਾਂ ਠੀਕ ਹੈ? ਠੀਕ ਠਾਕ ਹੈ ਜੀ। ਅਤੇ ਕੀ ਨਾਂ ਜੀ ਆਪਣਾ? ਅਬਦੁਲ ਰਸ਼ੀਦ ਜੀ। ਅਬਦੁਲ ਰਸ਼ੀਦ, ਹਾਂ, ਵਲਦ ਨਵਾਬ ਦੀਨ। ਅਤੇ ਦਾਦੇ ਦਾ ਨਾਂ? ਹਾਸ਼ਮ। ਹਾਸ਼ਮ, ਪੜਦਾਦੇ ਦਾ ਵੀ ਪਤਾ? ਖੈਰਾ। ਖੈਰਾ, ਅੱਗੇ ਨਹੀਂ ਪਤਾ ਹੋਣਾ। ਅੱਛਾ, ਅਤੇ ਕਿਹੜਾ ਪਿੰਡ ਸੀ ਆਪਣਾ ਪਿਛਲਾ? ਜਾਂ ਜ਼ੀਰਾ ਸ਼ਹਿਰ। ਅੱਛਾ, ਜ਼ੀਰੇ ਸ਼ਹਿਰ ਦੇ ਸੀ ਤੁਸੀਂ? ਅੱਛਾ ਅੱਛਾ, ਇਹ ਜ਼ੀਰਾ ਸ਼ਹਿਰ ਦੇ ਵਿੱਚ ਤੁਸੀਂ ਰਹਿੰਦੇ ਸੀ ਜੀ? ਕੋਈ ਮਹੱਲੇ ਦਾ ਪਤਾ? ਉਦਾਂ ਪਤਾ ਸ਼ਹਿਰ ਦੇ ਕਿਹੜੇ ਪਾਸੇ ਸੀ? ਅਸੀਂ ਸ਼ਹਿਰ ਦੇ ਚੜ੍ਹਦੇ ਪਾਸੇ ਸੀ। ਕੀ ਕੋਈ ਨਿਸ਼ਾਨੀਆਂ ਉੱਥੋਂ ਦੀਆਂ? ਉੱਥੋਂ ਦੇ ਹੱਥੇ ਖੁੱਲ੍ਹੇ ਸੀਗੇ ਅਤੇ ਛੋਟੀਆਂ ਛੋਟੀਆਂ ਗਲੀਆਂ ਸੀਗੀਆਂ, ਅਤੇ ਅਸੀਂ ਆਪਦਾ ਖੂਹ ਜੋੜਦੇ ਸੀ। ਨਹੀਂ ਤਾਂ ਉਹ ਸ਼ਹਿਰ ਦੇ ਵਿੱਚ ਹੀ ਕੋਈ ਜ਼ਮੀਨਾਂ ਵੀ ਨਾਲ ਹੀ ਸੀਗੀਆਂ? ਹਾਂ, ਜ਼ਮੀਨ ਅਸੀਂ ਆਪਦੀ ਵਾਹੀ ਜੁੱਤੀ ਕਰਦੇ ਸੀ। ਰਹਿੰਦੇ ਉੱਥੇ ਸੀ ਜੀ? ਰਹਿੰਦੇ ਜੀਰੇ ਸੀ। ਜ਼ਮੀਨ ਕਿੰਨੀ ਕੁ ਦੂਰ ਸੀ? ਜ਼ਮੀਨ ਸਾਡੀ ਜੀ ਇੱਕ ਹੈ ਸੀ ਕੋਈ ਕਿਲੋਮੀਟਰ। ਅੱਛਾ, 1 ਕਿਲੋਮੀਟਰ ਸੀ ਦੇ? ਅੱਛਾ ਅੱਛਾ, ਖੂਹ ਲੱਗਾ ਸੀ ਦਮਾਲਾ। ਅੱਛਾ,
नहीं ये जिहड़ा तुसी रहिंदे सी ते जिथे उहदियां कोई ऐसियां निशानियां दसो कोई वड्डी दुकान उत्थे मशहूर दुकान कोई उत्थे वड्डी दुकान ये है भी माघी माल दी सराह बहुत वड्डी सी। अच्छा उसे पासे से उसे पासे एक नगीना हुंदा सी खतरी वो मतलब ये है भी दुकान सी उहदी दही दुध दी दही दुध उत्थों जे खरीदना होवे ते खरीद लैंदे सी दुध भी उह मुल लैंदा सी। अच्छा 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 ਉਹਦਾ ਨਾਂ ਨਗੀਨਾ ਸੀ ਖੱਤਰੀ ਸੀ ਉਹ ਇਹ ਕਿੱਡਾ ਕੁ ਵੱਡਾ ਸ਼ਹਿਰ ਸੀ? ਵਾਹਵਾ ਤਗੜਾ ਸੀ ਸ਼ਹਿਰ ਤਗੜਾ ਸ਼ਹਿਰ ਸੀ। ਅਤੇ ਤੁਸੀਂ ਉਹ ਸ਼ਹਿਰ ਨੂੰ ਦੇਖਿਆ ਸਾਰੇ ਨੂੰ? ਹਾਂ ਸਾਰੇ ਹੀ ਫਿਰਦੇ ਫਿਰਦੇ ਰਹੇ ਹਾਂ। ਕੀ ਸੀ ਸ਼ਹਿਰ ਦੇ ਵਿੱਚ? ਸ਼ਹਿਰ ਦੇ ਵਿੱਚ ਖੱਤਰੀਆਂ ਦੀਆਂ ਦੁਕਾਨਾਂ ਸੀ ਜਦੋਂ ਦੀਵਾਲੀ ਆਉਂਦੀ ਸੀ ਬਹੁਤ ਵੱਡਾ ਮੇਲਾ ਲੱਗ ਜਾਂਦਾ ਸੀ। ਅੱਛਾ ਕਿਹੜਾ ਸੀ ਮੇਲਾ? ਉਹ ਉਹਨੂੰ ਦੁਸਹਿਰਾ ਕਹਿੰਦੇ ਸੀ। ਅੱਛਾ ਦੁਸਹਿਰੇ ਦਾ ਸੀ। ਅੱਛਾ ਅੱਛਾ ਅਤੇ ਉਸ ਵੇਲੇ ਜ਼ੀਰੇ ਦੇ ਵਿੱਚ ਜ਼ਿਆਦਾ ਜਿਹੜੇ ਹੈ ਕਿਹੜੇ ਮਜ਼ਹਬ ਦੇ ਲੋਕ ਸੀ? ਜ਼ਿਆਦਾ ਖੱਤਰੀ ਸੀ ਹਿੰਦੂ ਸੀ ਦੇ ਹਿੰਦੂ। ਅੱਛਾ ਸਿੱਖ ਹੈ ਨਹੀਂ ਸੀ। ਅੱਛਾ ਚੂੜੇ ਸੀ ਉਹ ਸਾਡੇ ਨਾਲ ਸੀਰ ਲੈਂਦੇ ਸੀ। ਅੱਛਾ 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 ਨੌਕਰੀਆਂ ਕਰਦੇ ਸਾਡੇ ਨਾਲ। ਅੱਛਾ 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 ਅਤੇ ਉਸ ਵੇਲੇ ਕੋਈ ਰਕਸ਼ੇ ਰੁਕਸ਼ੇ ਵੀ ਚੱਲਦੇ ਸੀ ਤੇ ਜਾਂ ਕੋਈ ਸਾਈਕਲ ਮੋਟਰਸਾਈਕਲ? ਕੋਈ ਸਾਈਕਲ ਬਾਈ ਪਾਈ ਉਹਨੂੰ ਅਸੀਂ ਬਾਈ ਸਾਈਕਲ ਕਹਿੰਦੇ ਸੀ। ਅੱਛਾ ਕਿਤੇ ਮਾਈ ਪਾਈ ਲੱਭਦਾ ਸੀ ਸਾਈਕਲ। ਦੁਕਾਨਾਂ ਕਿਹੜੀ ਕਿਹੜੀ ਚੀਜ਼ ਦੀਆਂ ਸੀ? ਦੁਕਾਨਾਂ ਮਠਿਆਈ ਵੀ ਸੀ ਫਿਰ ਆਪਣਾ ਨਾਨੀ ਦਾ ਆੜਤਾਂ ਵੀ ਸੀ। ਅੱਛਾ ਚੰਗਾ ਭਲਾ ਸ਼ਹਿਰ ਸੀ ਤਹਿਸੀਲ ਵੀ ਸੀ। ਅੱਛਾ ਤਹਿਸੀਲ ਵੀ ਸੀ ਜ਼ਾਹਰ ਜ਼ੀਰਾ ਜਿਹੜੀ ਤਹਿਸੀਲ ਸੀ ਫਿਰੋਜ਼ਪੁਰ ਦੀ ਜੀ। ਅੱਛਾ ਅੱਛਾ ਅਤੇ ਤੁਹਾਡੀ ਉਸ ਵੇਲੇ ਉਮਰ ਕਿੰਨੀ ਸੀ ਦੀ? ਮੇਰੀ ਉਮਰ ਉਦੋਂ 14-15 ਸਾਲ ਸੀ। ਅੱਛਾ ਮੈਂ ਹਲ ਹੁਲ ਵੀ ਵਾਹ ਲੈਂਦਾ ਸੀ ਸਕੂਲੇ ਵੀ ਜਾਂਦਾ ਸੀਗਾ ਤੀਸਰੀ ਜਮਾਤ 'ਚ ਮੈਂ ਪੜ੍ਹਦਾ ਸੀ। ਨੂਰ ਮੁਹੰਮਦ ਸਾਡਾ ਉਸਤਾਦ ਸੀ ਮੁਸਲਮਾਨ ਸੀ ਅਤੇ ਪਿਆਰਾ ਖੱਤਰੀ ਸੀਗਾ ਉਹ ਵੀ ਮਾਸਟਰ ਸੀ ਅਤੇ ਭੱਲੀ ਸਾਹਿਬ ਖੱਤਰੀਆਂ ਦਾ ਮੁੰਡਾ ਸੀ ਉਹ ਸਾਡਾ ਮੈਨੇਜਰ ਸੀ। ਕੀ ਨਾਂ ਦੱਸਿਆ? ਭੱਲੀ। ਭੱਲੀ ਉਹਦੇ ਵਾਲਦ ਦਾ ਨਾਂ ਦਾ ਪਤਾ? ਪਿਆਰਾ ਇੱਕ ਮੋਤੀ ਜੋਤੀ ਸੀ। ਅੱਛਾ ਮੋਤੀ ਜੋ ਇਹ ਤੁਹਾਡੇ ਕਲਾਸ ਫੈਲੋ ਸੀ ਉੱਥੇ? ਨਹੀਂ ਇਹ ਉਹ ਭੱਲੀ ਦੇ ਪਿਓ ਸੀਗਾ। ਅੱਛਾ ਕੀ ਦੁਬਾਰਾ ਨਾਂ ਦੱਸਿਆ ਜੇ? ਭੱਲੀ ਜਿਹੜਾ ਮੋਤੀ ਜੋਤੀ ਸੀ ਇੱਕ ਤਾਂ ਅਤੇ ਇੱਕ ਪਿਆਰਾ ਸੀ। ਪਿਆਰਾ ਸੀ। ਅੱਛਾ ਅੱਛਾ ਅਤੇ ਉਹਦੇ ਮੁੰਡੇ ਜਿਹੜੇ ਆ ਉਹ ਤੁਹਾਡੇ ਨਾਲ ਪੜ੍ਹਦੇ ਸੀ? ਉਹਦੇ ਮੁੰਡਾ ਪੜ੍ਹਦਾ ਸੀ ਉਹਦਾ ਨਾਂ ਭੱਲੀ ਸੀ। ਭੱਲੀ ਸੀ। ਅੱਛਾ ਅੱਛਾ ਵਾਹ ਜੀ ਵਾਹ। ਅਤੇ ਕਿੱਡਾ ਕੁ ਵੱਡਾ ਸਕੂਲ ਸੀ? ਸਕੂਲ ਉਹ ਸਰਾਬ ਮਾਘੀ ਮੱਲ ਦੀ ਸੀਗੀ ਅਤੇ ਉਹਦੇ ਉੱਤੇ 10 ਕਮਰੇ ਸਕੂਲ ਦੇ ਸੀ ਉਤਲੀ ਸਾਈਡ 'ਤੇ ਥੱਲੇ ਵਾਲੀ ਜਿਹੜੇ ਕਮਰੇ ਸੀਗੇ ਉਹ ਉੱਦਾਂ ਹੀ ਲੋਕ ਖੇਤ ਦੇ ਵਿੱਚ ਮੰਡੀ ਲੱਗਦੀ ਸੀ ਅਤੇ ਮਾਲ ਮੂਲ ਉੱਥੇ ਲਿਆ ਕੇ ਡੱਕ ਲੈਂਦੇ ਸੀ। ਅੱਛਾ ਅੱਛਾ ਇਹ ਵਿਚਾਲੇ ਖੂਹ ਸੀ ਪਾਣੀ ਵਾਸਤੇ ਖੇਲ ਬਣੀ ਹੋਈ ਸੀ ਪਾਣੀ ਪੀਣ ਵਾਸਤੇ। ਕਿਹਦੇ 'ਚ? ਸਕੂਲ ਦੇ ਵਿੱਚ? ਸਕੂਲ ਦੇ ਵਿੱਚ ਵਿਚਾਲੇ ਉਹ ਕਾਫੀ ਤਗੜਾ ਕਿਲੇ ਡੂਢ ਕਿਲੇ 'ਚ ਸੀ ਉਹ ਸਕੂਲ 'ਚ ਪਾਣੀ ਜਿਹੜਾ ਤੁਸੀਂ ਪੀਂਦੇ ਸੀ ਦੇ ਖੂਹ ਸੀ ਦੀ? ਉਹ ਖੂਹ ਸੀ। ਨਲਕਾ ਵਗੈਰਾ? ਨਹੀਂ ਨਲਕਾ ਨਹੀਂ ਸੀ। ਅੱਛਾ ਨਲਕਾ ਸੀ। ਖੂਹ ਉਹਦੇ ਜਿਹੜਾ ਵੱਡਾ ਦਰਵਾਜ਼ਾ ਸੀ ਨਾ ਉਹਦੇ ਉੱਤੇ ਹਾਥੀ ਦੀ ਸ਼ਕਲ ਬਣੀ ਸੀ। ਅੱਛਾ ਉਸ ਸਕੂਲ ਦੇ? ਹਾਂ ਵੱਡਾ ਬਹੁਤ ਵੱਡਾ ਦਰਵਾਜ਼ਾ ਵੇ ਜੀ ਟਰੱਕ ਵੀ ਲੰਘ ਸਕਦਾ ਸੀ। ਅੱਛਾ 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 ਵਾਹ ਜੀ ਵਾਹ। ਅਤੇ ਉੱਥੇ ਤੁਸੀਂ ਤੀਸਰੀ ਤੱਕ ਪੜ੍ਹੇ? ਹਾਂ ਜੀ। ਅੱਛਾ ਅਤੇ ਇਹ ਦੱਸੋ ਕਿ ਉੱਥੇ ਜਦੋਂ 47 ਦੀ ਵੰਡ ਦਾ ਪਤਾ ਲੱਗਾ ਕਿ 47 ਦੇ ਵਿੱਚ ਜੀ ਹੁਣ ਵੰਡ ਹੋ ਗਈ ਹੈ ਤੁਸੀਂ ਇੱਥੋਂ ਚਲੇ ਜਾਣਾ, ਇਹ ਖਬਰ ਕਿਵੇਂ ਪਹੁੰਚੀ ਤੁਹਾਡੇ 'ਤੇ? ਸਾਡੇ ਕੋਲ ਜੀ ਖਬਰ ਪਹੁੰਚੀ ਵੀ ਲੋਕ ਬਾਹਰੋਂ ਮਰੀਜ ਕਟੀਜ ਕੇ ਅਤੇ ਜੀਰੇ ਵੀ ਆ ਜਾਂਦੇ ਸੀ ਸਨੇਰਾਂ ਦੇ ਅਤੇ ਆਪਣੇ ਮਸ਼ਹੂਰ ਦੇਵੇ ਦੇ ਲੋਕ ਜਿਹੜੇ ਸੀ ਨਾ ਇਹ ਨੇੜੇ ਨੇੜੇ ਸਿੱਖ ਇਹਨਾਂ ਨੂੰ ਮਾਰ ਕੇ ਕੁੱਟਦੇ ਸੀ ਅਤੇ ਇਹ ਇੱਥੇ ਜੀਰੇ ਆ ਜਾਂਦੇ ਸੀ ਆਮ ਨਮਨਾਵੇ ਵਾਲਾ ਅਤੇ ਆਪਣੇ ਫਾਫੋ ਇਹ ਵੀ ਸਾਡੇ ਘਰ 'ਚ ਆਏ ਸੀ ਅਤੇ ਸਾਨੂੰ ਉੱਥੋਂ ਪਤਾ ਲੱਗਾ ਵੀ ਲੁੱਟ ਦੁੱਟ ਪੈ ਗਈ ਆ। ਅੱਛਾ ਕਿਉਂਕਿ ਅਸੀਂ ਬੱਚੇ ਸੀ ਅਤੇ ਸਾਨੂੰ ਕੋਈ ਇਹ ਪਰਵਾਹ ਕੋਈ ਨਹੀਂ ਸੀ ਜਦੋਂ ਫਿਰ ਜ਼ਿਆਦਾ ਹੱਲ ਗੁੱਲ ਹੋਈ ਅਤੇ ਉਦੋਂ ਫਿਰ ਸ਼ਾਹ ਵਾਲਾ ਅਤੇ ਬੱਗੀ ਪਤਨੀ ਅਤੇ ਜੀਰੇ ਇਹਦਾ ਕਾਫਲਾ ਜਿਹੜਾ ਸੀ ਇਹ ਚਲਾ ਗਿਆ। ਸ਼ਾਹ ਵਾਲੇ ਮੇਰੇ ਨਾਨਕੇ ਰਹਿੰਦੇ ਸੀ ਅਤੇ ਮੇਰੀ ਵਾਲਦਾ ਰੋਣ ਲੱਗ ਪਈ ਮੇਰਾ ਵਾਲਦ ਰਾਤ ਨੂੰ ਗਿਆ ਅਤੇ ਉਹ ਕਹਿਣ ਲੱਗਾ ਵੀ ਮਾਲ ਮੰਨੀ ਜਿਹੜਾ ਇਹ ਖੜਾ ਕਿੱਲਿਆਂ 'ਤੇ ਹੀ ਅਤੇ ਬੰਦਾ ਬਸ਼ਰ ਕੋਈ ਨਹੀਂ ਉੱਥੇ ਸ਼ਾਹ ਵਾਲੇ ਦੇ ਵਿੱਚ। ਅੱਛਾ ਇੰਨਾ ਸੁੰਝ ਪੈ ਗਈ ਸੀ? ਸੁੰਝ ਪੈ ਗਈ ਸੀ। ਅੱਛਾ ਕੋਈ ਬੰਦਾ ਨਹੀਂ ਸੀ ਉਹ ਕੋਈ ਵਡਾਂਗਾ ਅਤੇ ਮਾਲੇ ਜ਼ਿਆਦਾ ਗਾਫਲਾ ਅਤੇ ਬਣ ਕੇ ਅਤੇ ਫਿਰ ਇਹ ਪਾਕਿਸਤਾਨ ਪਹੁੰਚੇ। ਕੋਈ
ਤੁਹਾਡੇ ਤੇ ਵੀ ਹਮਲਾ ਹੋਇਆ ਸੀ? ਸਾਡੇ ਤੇ ਜੀ ਹਮਲਾ ਸ਼ਹਿਰ ਦੇ ਵਿੱਚ ਜ਼ੀਰੇ 'ਚ ਨਹੀਂ, ਹਮਲਾ ਜ਼ੀਰੇ ਤੇ ਨਹੀਂ ਹੋਇਆ, ਕੈਂਪ ਮਨਜ਼ੂਰ ਸੀ ਉੱਤੇ ਹਮਲਾ ਕਰਨ ਤੋਂ। ਅੱਛਾ, ਤੁਸੀਂ ਉੱਥੇ ਜ਼ੀਰੇ ਕੈਂਪ ਦੇ ਵਿੱਚ ਚਲੇ ਗਏ? ਕੈਂਪ ਲੱਗਾ ਹੋਇਆ ਸੀ? ਕੈਂਪ ਲੱਗਾ। ਕਿਹੜੇ ਕਿਹੜੇ ਪਿੰਡਾਂ ਦੇ ਉੱਥੇ ਲੋਕ ਕੈਂਪ 'ਚ ਆਏ ਸੀ? ਸਨੇਰਾਂ ਦੇ, ਬੱਗੀ ਪਤਨੀ ਦੇ, ਸ਼ਾਹ ਵਾਲੇ ਦੇ, ਬਹੁਤ ਲੋਕ ਉੱਥੇ ਬਹੁਤ ਜਮ੍ਹਾਂ ਸੀਗੇ। ਅਤੇ ਕਦੇ ਰੋਟੀ ਪੱਕਦੀ ਸੀ ਅਤੇ ਕਦੇ ਛੋਲੇ ਛਾਲੇ ਵੀ ਇਸ ਤਰ੍ਹਾਂ ਭੁਨਾ ਭਨੂ ਕੇ ਚੱਪ ਚੁੱਪ ਕੇ ਅਤੇ ਨਹੀਂ, ਤੁਹਾਡਾ ਤਾਂ ਘਰ ਉੱਥੇ ਸੀ ਦਾ, ਘਰੋਂ ਕੋਈ ਚੀਜ਼ ਨਹੀਂ ਸੀ ਲੈ ਕੇ ਆਏ ਤੁਸੀਂ? ਨਹੀਂ, ਘਰੋਂ ਕੋਈ ਚੀਜ਼ ਨਹੀਂ ਸੀ। ਕੀ ਵਜ੍ਹਾ ਸੀ? ਵਜ੍ਹਾ ਇਹ ਸੀਗੀ ਕਿ ਸਾਡੇ ਜਿਹੜੇ ਮਾਂ ਬਾਪ ਸੀਗੇ ਸੁਬਾਹ ਉੱਥੇ ਚਲੇ ਜਾਂਦੇ ਸੀਗੇ ਅਤੇ ਰਾਤ ਨੂੰ ਆਪਦੇ ਘਰਾਂ 'ਚ ਆ ਜਾਂਦੇ ਸੀ। ਅੱਛਾ, ਲੇਕਿਨ ਡਰ ਖੌਫ ਤਾਂ ਹੋਣਾ? ਡਰ ਖੌਫ ਤਾਂ ਸੀ, ਉਹ ਜਿਹੜੇ ਸਾਡੇ ਆਦਮੀ ਸੀਗੇ ਉਹ ਪਾਸੇ ਪਾਸੇ ਆ ਜਾਂਦੇ ਸੀ ਬੁੜੀਆਂ ਵਿਚਾਲੇ ਕਰਕੇ ਅਤੇ ਆਪਦੇ ਘਰਾਂ 'ਚ ਆ ਕੇ ਅਤੇ ਰਾਤ ਕੱਟ ਕੇ ਅਤੇ ਸਵੇਰੇ ਫਿਰ ਕੈਂਪ 'ਚ ਚਲੇ ਜਾਂਦੇ, ਕੈਂਪ 'ਚ ਚਲੇ ਜਾਣਾ। ਅੱਛਾ, ਇਹਦਾ ਮਤਲਬ ਹੈ ਕਿ ਲੋਕ ਜਿਹੜੇ ਜ਼ੀਰੇ ਦੇ ਜਿਹੜੇ ਸੀਗੇ ਹਿੰਦੂ ਜਿਹੜੇ ਉਹ ਚੰਗੇ ਸੀ, ਜਿਹੜੇ ਕੁਛ ਨਹੀਂ ਸੀ ਕਹਿੰਦੇ? ਚੰਗੇ ਸੀਗੇ, ਉਹ ਸਾਡੇ ਨਾਲ ਇਤਫਾਕ ਕਰਦੇ ਸੀ। ਅੱਛਾ ਅੱਛਾ, ਤੁਹਾਨੂੰ ਕੁਛ ਜ਼ਾਹਰ ਇੰਨਾ ਅਰਸਾ ਹੋ ਗਿਆ ਸੀ ਉੱਥੇ ਰਹਿੰਦੇ ਹਾਂ, ਇੱਕ ਦੂਸਰੇ ਨਾਲ ਪਿਆਰ ਮੁਹੱਬਤ ਸੀ ਹੈਗਾ ਸੀ? ਹਾਂ, ਦੁੱਧ ਦੱਧ ਵੀ ਅਸੀਂ ਜ਼ਿੰਮੀਦਾਰ ਸੀਗੇ, ਸਾਡੇ ਕੋਲ ਮੱਝਾਂ ਰੱਖੀਆਂ ਸੀਗੀਆਂ, ਦੁੱਧ ਦੱਧ ਵੀ ਸਾਡੇ ਕੋਲ ਮੁੱਲ ਲੈਂਦੇ ਸੀ। ਅੱਛਾ ਅੱਛਾ, ਅਤੇ ਇਹ ਕਿੰਨੇ ਦਿਨ ਉੱਥੇ ਕੈਂਪ ਦੇ ਵਿੱਚ ਰਹੇ ਤੁਸੀਂ? ਅਸੀਂ ਉੱਥੇ ਰਹੇ 11 ਦਿਨ। 11 ਦਿਨ ਅਤੇ 11 ਦਿਨਾਂ ਤੋਂ ਬਾਅਦ ਮਲਟਦੀ ਆ ਗਈ। ਅੱਛਾ, ਫੌਜ ਕਿਹੜੀ ਸ਼ਾਇ ਲੈ ਕੇ ਆਈ ਸੀ? ਉਹ ਗੱਡੀ ਆਈ ਸੀ ਜੀਪ। ਅੱਛਾ, ਕੋਲੇ ਉਹਨਾਂ ਦੇ ਬੰਦੂਕਾਂ ਸੀ, ਉਹਨਾਂ ਨੇ ਗਲੀ ਗਲੀ ਦੇ ਵਿੱਚ ਫਿਰ ਕੇ ਹੋਕਾ ਦਿੱਤਾ ਵੀ ਇਹ ਹਿੰਦੁਸਤਾਨ ਬਣ ਗਿਆ, ਆਪਾਂ ਪਾਕਿਸਤਾਨ ਜਾਣਾ ਅਤੇ ਆਪਣਾ ਜਿਹੜਾ ਸਮਾਨ ਸਮੂਨ ਅਤੇ ਗੱਡੇ ਗੁੱਡੇ ਇਹ ਆਪਦੇ ਤਿਆਰ ਕਰ ਲਓ। ਅੱਛਾ, ਅਸੀਂ ਰਾਤ ਰਾਤ ਆਪਦਾ ਸਮਾਨ ਸਮੂਨ ਹਰ ਸ਼ਹਿ ਲੱਦਿਆ ਅਤੇ ਪਹਿਲੀ ਰਾਤ ਅਸੀਂ ਮੱਲਾੜੇ ਨਾਲੇ ਕੱਟੀ। ਅੱਛਾ, ਸਹੀ, ਬਾਰਿਸ਼ ਪੈਂਦੀ ਸੀ। ਅੱਛਾ, ਬਹੁਤ ਤੰਗੀ ਰਹੀ ਅਤੇ ਦੂਸਰਾ ਦਿਨ ਅਸੀਂ ਫਿਰੋਜ਼ਪੁਰ। ਅੱਛਾ, ਗੱਡੀਆਂ ਦੇ ਉਹਨਾਂ ਦੇ ਬਹਿ ਕੇ? ਨਹੀਂ, ਗੱਡੇ ਸੀ ਸਾਡੇ ਕੋਲ। ਅੱਛਾ, ਗੱਡੇ ਸੀ ਦੇ, ਉਹਨਾਂ ਨੇ ਸਿਰਫ ਤੁਹਾਨੂੰ ਰਾਖੀ ਪਾਸੇ ਪਾਸੇ ਰਾਖੀ ਕੀਤੀ? ਰਾਖੀ ਕਰਦੇ ਆਉਂਦੇ ਸੀ। ਅੱਛਾ, ਅਤੇ ਤੁਹਾਨੂੰ ਇੱਥੇ ਲੈ ਆਏ ਫਿਰੋਜ਼ਪੁਰ? ਲੈ ਫਿਰੋਜ਼ਪੁਰ, ਅਤੇ ਫਿਰੋਜ਼ਪੁਰ ਤੋਂ ਅੱਗੇ ਗੰਡਾ ਸਿੰਘ ਤੋਂ ਸਾਨੂੰ ਨਗਾ ਕੇ ਉੱਥੇ ਸਾਡੀ ਤਲਾਸ਼ੀ ਹੋ ਗਈ। ਕਿੱਥੇ ਹੋਈ ਤਲਾਸ਼ੀ? ਗੰਡਾ ਸਿੰਘ। ਗੰਡਾ ਸਿੰਘ, ਤਲਾਸ਼ੀ ਕਿਹੜੀ ਚੀਜ਼ ਦੀ ਹੁੰਦੀ ਸੀ? ਤਲਾਸ਼ੀ ਹੁੰਦੀ ਸੀਗੀ ਵੀ ਕੋਲੇ ਬੰਦੂਕ ਨਾ ਹੋਵੇ ਜਾਂ ਬਰਸ਼ੀ ਵਗੈਰਾ ਜਾਂ ਡਾਂਗ ਸੋਟਾ, ਇਹ ਸਾਡੇ ਕੋਲ ਖੋਈ ਜਾਂਦੇ ਸੀ। ਅੱਛਾ ਅੱਛਾ, ਅਤੇ ਰਾਹ 'ਚ ਵੀ ਕੋਈ ਰਾਤ ਪਈ ਤੁਹਾਨੂੰ ਫਿਰੋਜ਼ਪੁਰ ਦੇ ਵਿੱਚ ਜਾਂ ਗੰਡਾ ਸਿੰਘ ਆਉਂਦੇ ਆ? ਨਹੀਂ, ਕੁਛ ਇੱਕ ਪਹਿਲੀ ਰਾਤ ਕੱਟੀ ਮੱਲਾੜੇ ਨਾਲੇ, ਦੂਜੀ ਰਾਤ ਇਹ ਕਿੰਨਾ ਕੁ ਦੂਰ ਸੀ? ਇਹ 7-16 ਮੀਲ। ਇਹ ਫਿਰੋਜ਼ਪੁਰ ਦੇ ਨਾਲ ਸੀ? ਇਹ ਫਿਰੋਜ਼ਪੁਰ ਦੇ ਅਤੇ ਜ਼ੀਰੇ ਦੇ ਦਰਮਿਆਨ 'ਚ ਸੀ। ਅੱਛਾ, ਇੰਨਾ ਦੂਰ ਸੀ ਕਿ ਰਾਤ ਪੈ ਗਈ? ਹਾਂ, ਉੱਥੇ ਤਾਂ ਆਸਾ ਆਸਾ ਜੋ ਆ ਰਹੇ ਸੀਗੇ ਕਾਫਲਾ, ਲੋਕ ਪੈਦਲ ਵੀ ਸੀ, ਗੱਡਿਆਂ 'ਤੇ ਵੀ ਸੀ, ਮਾਲ ਮੰਨੀ ਵੀ ਆਪਦੇ ਹੱਕੇ ਹੋਏ ਸੀ, ਮਾਲ ਬੰਨੀ ਵੀ ਤਾਂ ਨਾਲ ਹੱਕਿਆ ਸੀ ਨਾ, ਮਹੀਆਂ ਹੱਕੀਆਂ ਸੀਗੀਆਂ, ਗੋਤੀ ਜਿਹੜੀ ਸਾਡੀ ਸੀ ਉਹ ਡਰ ਕੇ ਭੱਜ ਗਈ। ਅੱਛਾ, ਉਹ ਨਹੀਂ ਆਈ। ਅੱਛਾ ਅੱਛਾ, ਬਾਕੀ 4 ਬਲਦ ਅਤੇ 4 ਮਹੀਂ, ਇੱਕ ਝੋਟੀ ਅਸੀਂ ਲੈ ਕੇ ਇੱਥੇ ਪਾਕਿਸਤਾਨ 'ਚ ਪਹੁੰਚੇ। ਅੱਛਾ ਅੱਛਾ, ਅਤੇ ਰਾਹ 'ਚ ਜਿਹੜੀ ਰਾਤ ਕੱਟਦੇ ਸੀ ਤੇ ਉੱਥੇ ਵੀ ਕੋਈ ਡਰ ਖੌਫ ਹੈਗਾ ਸੀ? ਹੈਗਾ ਸੀਗਾ, ਰਾਤ ਨੂੰ ਬੰਦੇ ਪਾਸੇ ਪਾਸੇ ਖੜੋਤਦੇ ਪਹਿਰਾ ਦਿੰਦੇ ਸੀ, 2 ਹੀ ਰਾਤਾਂ ਕੱਟੀਆਂ ਸੀ ਅਤੇ ਅਸੀਂ ਕਸੂਰ ਪਹੁੰਚ ਗਏ। ਅੱਛਾ, ਅਤੇ ਇਹ ਰਾਹ ਦੇ ਵਿੱਚ ਕੀ ਮੰਜ਼ਰ ਸੀ? ਰਾਹ ਦੇ ਵਿੱਚ ਸਾਡੇ ਗੱਡੇ ਦਾ ਪਹੀਆ ਟੁੱਟ ਗਿਆ ਅਤੇ ਉਹ ਮਿਲਟਰੀ ਵਾਲੇ ਨੇ ਪੁੱਛਿਆ ਮੇਰੇ ਵਾਲਦ ਸਾਹਿਬ ਨੂੰ ਵੀ ਇਹ ਵੀਲ ਹੋਰ ਕੰਮ ਨਹੀਂ ਦੇ ਸਕਦਾ, ਉਹਨੇ ਆਖਿਆ ਵੀ ਦੇ ਜੂਗਾ ਅਤੇ ਉਹਨਾਂ ਨੇ ਸਿੱਖਾਂ ਦੇ ਗੱਡੇ ਦਾ ਇਸ਼ਾਰਾ ਕੀਤਾ ਵੀ ਉਹ ਲਾ ਲਓ। ਅੱਛਾ, ਉੱਥੇ ਕਿਤੇ ਖੜ੍ਹਾ ਸੀ? ਹਾਂ, ਖੜ੍ਹਾ ਸੀ ਬਾਹਰ ਹੀ, ਉਹਦਾ ਮੇਰੇ ਤਾਇਆ ਜੀ ਨੇ ਤੀਰ ਤੋਂ ਫੜ ਕੇ ਗੱਡਾ ਚੁੱਕਤਾ, ਮੇਰੇ ਵਾਲਦ ਨੇ ਪਹੀਆ ਲਾ ਕੇ ਆਪਦੇ ਗੱਡੇ ਨੂੰ ਚਾੜ ਲਿਆ ਅਤੇ ਉਹਦਾ ਟੁੱਟਾ ਪਹੀਆ ਸੀ ਉੱਥੇ ਸਿੱਟਤਾ। ਅੱਛਾ, ਉਹ ਸਿੱਖ ਆਏ ਅਤੇ ਉਹ ਮਿਲਟਰੀ ਵਾਲਿਆਂ ਨੇ ਗੋਲੀ ਚਲਾ ਦਿੱਤੀ, ਉਹ ਨੱਸ ਗਿਆ ਜਾਂ ਲੱਗ ਗਈ ਉਹਨਾਂ ਦੇ, ਸਾਨੂੰ ਨਹੀਂ ਇਸ ਗੱਲ ਦਾ ਪਤਾ। ਅੱਛਾ, ਅਤੇ ਰਾਹ ਦੇ ਵਿੱਚ ਕੋਈ ਬੰਦੇ ਮਰੇ ਹੋਏ ਵੀ ਦੇਖੇ? ਹਾਂ, ਮਰੇ ਬਹੁਤ। ਅੱਛਾ, ਪਸ਼ੂ ਵੀ ਮਰੇ ਬਹੁਤ ਵੇਖੇ, ਪਸ਼ੂਆਂ ਦੇ ਕਈਆਂ ਦੇ ਗੋਲੀਆਂ ਲੱਗੀਆਂ ਵੀ ਦੇਖੀਆਂ, ਬਰਸ਼ੀਆਂ ਵੀ ਲੱਗੀਆਂ ਦੇਖੀਆਂ। ਜਿਹੜੀ ਮੱਲਾਂ ਵਾਲੇ ਨਾੜੇ ਮੇਰੀ ਵਾਲਦਾ ਕਹਿਣ ਲੱਗੀ ਵੀ ਪਾਣੀ ਪੀਣਾ। ਅੱਛਾ, ਉਹ ਮੈਂ ਉੱਥੇ ਗਿਆ ਖੂਹ ਅਤੇ ਮੇਰਾ ਵਾਲਦ ਅਤੇ ਮੈਂ ਵੀ ਬੋਕੇ ਨਾਲ ਪਾਣੀ ਕੱਢਦੇ ਹਾਂ ਅਤੇ ਉਹਦੇ ਵਿੱਚ ਲਾਸ਼ਾਂ ਪਈਆਂ ਸੀ। ਅੱਛਾ, ਬਹੁਤ ਮੰਦਾ ਹਾਲ ਆ, 2 ਦਿਨ ਬਹੁਤ ਮੰਦੇ ਹਾਲਤ 'ਚ ਅਸੀਂ ਆਏ। ਫਿਰ ਇੱਥੇ ਮੁੜ ਕੇ ਪਾਕਿਸਤਾਨ ਪਹੁੰਚ ਗਏ। ਕਸੂਰ ਆਏ ਤੁਸੀਂ? ਹਾਂ, ਕਸੂਰ।
ਤੇ ਅੱਗੋਂ ਫਿਰ ਕਸੂਰ ਤੋਂ ਕਿਵੇਂ? ਉਹ ਅੱਗੋਂ ਕਸੂਰ ਤੋਂ ਜਿੱਧਰ ਜਿੱਧਰ ਕਿਸੇ ਨੇ ਕਿਹਾ ਵੀ ਆਪਾਂ ਨੂੰ ਫਲਾਣੀ ਜ਼ਮੀਨ ਫਲਾਣੇ ਚੱਕ 'ਚ ਜਾਣਾ, ਆਪਾਂ ਫਲਾਣੇ ਜਾਣਾ, ਅਤੇ ਸਾਡੇ ਕੋਲ ਨਾਲ ਸੀਗਾ ਸਾਡਾ ਭਾਈ, ਉਹ BA ਪੜ੍ਹਿਆ ਸੀ, ਉਹਨੇ ਕਿਹਾ ਵੀ ਆਪਾਂ ਨੂੰ 17 ਚੱਕ ਮਨਜ਼ੂਰ ਹੈ, ਉੱਥੇ ਜਾਣਾ। ਉਹ ਅਸੀਂ ਇਹ 17 ਨਹੀਂ, ਤੁਹਾਨੂੰ ਉਦੋਂ ਹੀ ਪਤਾ ਲੱਗ ਗਿਆ ਮਨਜ਼ੂਰ ਹੋ ਗਿਆ ਤੁਹਾਡਾ ਪਿੰਡ? ਇਹ BA ਸਾਹਿਬ ਨੇ ਦੱਸਿਆ ਸਾਨੂੰ। ਅੱਛਾ, ਉਹ ਤੁਹਾਡੇ ਜ਼ੀਰੇ ਦਾ ਹੋਣਾ ਕੋਈ ਬੰਦਾ? ਉਹ ਜ਼ੀਰੇ ਦਾ ਸੀ BA। ਅੱਛਾ ਅੱਛਾ ਅੱਛਾ, ਉਹ ਹੀ ਤੁਹਾਨੂੰ ਇੱਧਰ ਲਿਆਇਆ? ਉਹ ਲਿਆਇਆ। ਅੱਛਾ, ਉਹ ਕਾਫਲੇ ਦੇ ਨਾਲ ਸੀ ਤੁਹਾਡੇ? ਹਾਂ, ਕਾਫਲੇ ਦੇ ਨਾਲ ਹੀ ਆਏ ਆ ਸਾਡੇ ਉਹ ਵੀ। ਅੱਛਾ, ਉਹਨਾਂ ਦੇ ਵੀ ਗੱਡੇ ਸੀ, ਬਲਦ ਸੀ। 17-14 ਇਲ 'ਚ ਆ ਗਏ ਤੁਸੀਂ? 17-14 ਫਿਰ ਇੱਥੇ ਰੋਜ਼ ਭਲਦਾ ਸੇਵਾ ਸੁਣਿਆ। 17-14 ਇਲ ਮੱਕੂ ਵਾਲੀ ਬੰਗਲਾ ਜਿਹੜਾ ਉਹਦੇ ਨਾਲ? ਹਾਂ, ਉਹਦੇ ਨਾਲ। ਅੱਛਾ, ਉੱਥੇ ਆ ਗਏ? ਇਕਬਾਲ ਨਗਰ ਆ ਨਾਲ ਇਹਦੇ? ਹਾਂ। ਅੱਛਾ ਅੱਛਾ, ਫਿਰ ਉੱਥੋਂ ਮੇਰੇ ਨਾਨਕੇ ਸਾਨੂੰ ਕਹਿਣ ਲੱਗੇ ਵੀ 13 ਮਾੜੀ ਜ਼ਮੀਨ ਅੱਛੀ ਆ, ਤੇ ਵੀ ਤੁਹਾਨੂੰ ਇਹ ਜਿਸ ਪਿੰਡ ਦੇ ਵਿੱਚ ਹੁਣ ਬੈਠੇ? ਜਿਸ ਪਿੰਡ ਦੇ ਵਿੱਚ ਅਸੀਂ ਹੁਣ ਬੈਠੇ। ਅੱਛਾ, ਫਿਰ ਇੱਥੇ ਆ ਗਏ? ਫਿਰ ਇੱਥੇ ਮੇਰੇ ਨਾਨਕੇ ਲਿਆਇਆ। ਨਾਨਕੇ ਮੇਰੇ ਪਹਿਲਾਂ ਬੈਠੇ ਸੀ ਇੱਥੇ ਆਣ ਕੇ, ਸਾਥੋਂ 16 ਦਿਨ ਪਹਿਲਾਂ ਇਹ ਪਹਿਲਾਂ ਆਏ ਆ, ਅਸੀਂ ਬਾਅਦ 'ਚ ਆਏ ਹਾਂ। ਇਹ ਉਜਾੜਿਆਂ ਦੇ ਉਦੋਂ ਹੀ ਆ ਗਏ? ਅੱਛਾ, ਤੁਸੀਂ 16 ਦਿਨ ਬਾਅਦ ਦੇ ਵਿੱਚ ਆਏ। ਜਦੋਂ ਇਸ ਪਿੰਡ 'ਚ ਆਏ ਤਾਂ ਕੀ ਮਾਹੌਲ ਸੀ? ਇਸ ਪਿੰਡ ਦੇ ਵਿੱਚ ਵਿਰਲੇ ਲੋਕ ਬੈਠੇ ਸੀ, ਤੇ ਜ਼ਮੀਨਾਂ ਪਟਵਾਰੀ ਅਲਾਟ ਕਰਦਾ ਸੀ, ਜਿੰਨੇ ਜੀ ਦੇ ਹਿਸਾਬ ਨਾਲ ਜਿੰਨੇ ਜੀ ਉਹਨੇ ਕਿੱਲੇ ਦੇ ਦਿੱਤਾ ਸੀ। ਮੁੜ ਕੇ ਜਦੋਂ ਫਿਰ ਉਜਰਦਾਰੀਆਂ ਉਹ ਜ਼ਮੀਨ ਉਧਰਲੀ ਦੇਸ਼ ਵਾਲੀ ਜਦੋਂ ਇੱਧਰ ਆਉਣ ਲੱਗੀ, ਮੁੜ ਕੇ ਫਿਰ ਉਹ ਜਿਹੜੀ ਜ਼ਮੀਨ ਕਿਸੇ ਕੋਲ ਵਾਧੂ ਸੀ ਉਹਦਾ ਰੈਂਟ ਪਹਿਲ ਭਰਦੇ ਰਹੇ। ਸਹੀ ਸਹੀ, ਅਤੇ ਫਿਰ ਇੱਧਰ ਆ ਕੇ ਵੀ ਪੜ੍ਹਨ ਲੱਗ ਪਿਆ ਤੁਸੀਂ? ਹਾਂ, ਇੱਧਰ ਆਣ ਕੇ ਵੀ ਮੈਂ ਪੜ੍ਹਿਆ। ਅੱਛਾ, ਪਿੰਡ 'ਚ ਹੀ ਪੜ੍ਹਨਾ? ਪਿੰਡ 'ਚ ਪੜ੍ਹੀਆਂ। ਇਸ ਪਿੰਡ ਦੇ ਵਿੱਚ ਹੈ ਸੀ ਸਕੂਲ? ਇਸ ਪਿੰਡ ਦੇ ਵਿੱਚ ਸਕੂਲ ਹੈ ਸੀ, ਪ੍ਰਾਇਮਰੀ। ਅੱਛਾ, ਫਿਰ ਉਸ ਤੋਂ ਬਾਅਦ 4 ਚੱਕ ਦੇ ਵਿੱਚ ਪੜ੍ਹੀਆਂ, 7ਵੀਂ 8ਵੀਂ ਉੱਥੇ ਪੜ੍ਹੀ ਹੈ, ਅਤੇ ਇੱਥੇ 5 ਇੱਥੇ ਪੜ੍ਹ ਕੇ ਗਿਆ ਸੀ। ਅੱਛਾ ਅੱਛਾ, ਅਤੇ ਫਿਰ ਇਹ ਦੱਸੋ ਕਿ ਪੜ੍ਹਿਆ ਕੀ ਸੁਣਿਆ ਤੁਸੀਂ? ਕੋਈ ਸੁਣਾਉਂਦੇ ਵੀ ਹੁੰਦੇ ਹੋ ਕੋਈ ਚੀਜ਼ਾਂ ਜਿਹੜੀਆਂ ਜ਼ਿੰਦਗੀ ਬਲਾਸ ਦੇ ਵਿੱਚੋਂ ਜਿਹੜੀਆਂ? ਅਸੀਂ ਇਹ 19 ਸਾਲ ਵਿੱਚ ਉਤਨਾ ਸੋਚਿਆ ਸਦਾ ਨਹੀਂ ਆਰਾਮ ਦੀ ਕਿਹੜੀ ਰਹਿਣੀ, ਇੱਕ ਦਿਨ ਉਮਰ ਦੀ ਡੋਰ ਨੇ ਟੁੱਟ ਜਾਣਾ, ਗੁੱਡੀ ਸਦਾ ਨੀ ਜੱਗ ਤੇ ਚੜੀ ਰਹਿਣੀ, ਦਾਰੂ ਬੂਟੀਆਂ ਲੱਖ ਇਲਾਜ ਕਰਲਾ, ਜਿੰਦ ਨਹੀਂ ਹਕੀਮ ਤੋਂ ਫੜੀ ਰਹਿਣੀ, ਮੌਤ ਬਾਜ ਦੇ ਵਾਂਗ ਵੀ ਜਪਟ ਮਾਰੂ, ਜਾਨ ਸੰਗ ਦੇ ਵਿੱਚ ਨੀ ਅੜੀ ਰਹਿਣੀ, ਸੋਹਣੇ ਨੈਣ ਤੇ ਰਹਿਣ ਹਮੇਸ਼ ਤਾਈ, ਨਹੀਂ ਇਹ ਦੰਦ ਮੋਤੀਆਂ ਲੜੀ ਰਹਿਣੀ। ਵਾਹ 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 ਵਾਹ, ਕੋਈ ਹੋਰ ਵੀ ਸੁਣਾਓ। ਹੋਰ ਉਹਨੂੰ ਦਾਇਆ ਉਹਨੂੰ ਸਦਾ ਰਾਮ ਸੁਣਾ ਦਈਏ? ਹੈਂ, ਕਿਹੜਾ? ਸਦਾ ਰਾਮ। ਸਦਾ ਰਾਮ ਸੁਣਾਓ। ਉਹਨੇ ਕਿਹਾ ਦਸ ਦਾ ਗੁਲਾਮ ਇੱਜ਼ਤ ਬੇਗ ਨੂੰ, ਕਾਲ ਦੇ ਵਧਾਵੇ ਇਸ਼ਕ ਤੇਗ ਨੂੰ, ਦੇਖੇ ਆ ਜਨਾਨਾ ਦੇ ਸਿਚਾਰ ਦਾ, ਲਾਲ ਜੈਸਾ ਦਾਗਦਾ ਖਚੇਰਾ ਨਾਰ ਦਾ, ਤੇ ਗੂੰਜ ਦੇ ਚ ਫੇਰੇ ਪੌਰ ਗੋਰੀ ਦੇ, ਫੁੱਲੋ ਗੈਰ ਫੁੱਲੋ ਫੁੱਲੋ ਵੇਗ ਡੋਰੀ ਦੇ, ਤੇ ਆਦਮੀ ਨੀ ਤੇਰੀ ਉਸ ਦੀ ਸਹਾਰ ਦਾ, ਲਾਲ ਜੈਸਾ ਦਾਗਦਾ ਖਚੇਰਾ ਨਾਰ ਦਾ, ਤੇ ਚੰਨਣ ਦਾ ਰੁੱਖ ਕਰ ਕਮਿਆਰ ਦੇ, ਬੋਲਦਾ ਨੀ ਝੂਠ ਅੱਗੇ ਸਰਕਾਰ ਦੇ, ਤੇ ਚੰਨ ਸ਼ਰਮ ਆਵੇ ਦਮਕ ਮਾਰਦਾ, ਲਾਲ ਜੈਸਾ ਲੱਗਦਾ ਖਚੀਦਾ ਨਾਰਦਾ, ਉਹ ਚੇਤ ਲਾ ਕੇ ਸੋਹਣੀ ਆਪ ਸਕਾਰ ਤੇ, 16 ਹੀ ਸ਼ਿੰਗਾਰ ਵਿੱਚ ਦੇਈ ਵਿੱਚ ਪਰ ਤੇ ਵਿਚਲੇ ਬਤੀ ਸੀ ਜੈਸਾ ਦਾਣਾ ਨਾਰ ਦਾ, ਲਾਲ ਜੈਸਾ ਦਾਗਦਾ ਖਚੇਰਾ ਨਾਰ ਦਾ। ਵਾਹ ਵਾਹ, ਉਹਨੇ ਇਸ਼ਕ ਲੱਗ ਗਿਆ ਉਹਨੂੰ? ਅੱਛਾ, ਉਹ ਕਹਿੰਦਾ ਚੱਲ ਤੂੰ ਗੁਲਾਮ ਦੇਖ ਲਾ ਦੇ ਚੱਲ ਕੇ, ਜਿਹੜੀ ਆਸ਼ਕਾਂ ਨੂੰ ਮਾਰਦੀ ਹੈ ਵੱਲ ਕੇ, ਤੇ ਕਿੱਧਰੋਂ ਆ ਗਈ ਉਹ ਪਰੀ ਲੰਕਾ ਗੜਦੀ, ਚੱਲ ਤੂੰ ਗੁਲਾਮ ਦੇਖ ਲਾ ਦੇ ਚੱਲ ਕੇ। ਉਹਨੇ ਆਖਿਆ ਬਾਰ ਬਾਰ ਜਾਵਣੇ ਦਾ ਨਹੀਂ ਕਾਮ ਜੀ, ਤੁਲਾ ਜਾਣ ਜਾਊ ਕਰੂ ਬਦਨਾਮ ਜੀ, ਸਭ ਉਹਨੇ ਕਿਹਾ ਕੱਟ ਲੂੰ ਰਾਤ ਹਿੰਮਤ ਨਹੀਂ ਮੈਂ ਹਾਰਦਾ, ਅਜੇ ਫੱਟ ਸੱਜਰਾ ਤਰਾ ਟਮਾਰਦਾ, ਰਾਜ ਸੱਪ ਵਾਂਗੂ ਪੇਲ ਦੇ ਨੂੰ ਰਾਤ
ਦਿਨ ਚੜਿਆ ਤੇ ਉੱਠ ਕੇ ਗੁਲਾਮ ਬਹੁਆਣ ਫੜਿਆ ਤੇ ਤੈਨੂੰ ਕੀ ਫਿਕਰ ਦਮ ਮੈਂ ਖਰਚਦਾ ਮਚਦਾ ਬਦਨ ਮੇਰਾ ਮੈਂ ਨਹੀਂ ਬਚਦਾ। ਅੱਗੇ ਤੁਲਾ ਨਮਾਜ਼ ਗੁਜ਼ਾਰਦਾ ਸੀ ਤੇ ਉਹਨੇ ਸੋਹਣੀ ਨੂੰ ਕਿਹਾ, ਉਹਨੇ ਆਖਿਆ ਵੀ ਗਾਹਕ ਆਏ ਆਪਾਂ ਨੂੰ। ਅੰਦਰੋਂ ਨਿਕਲੀ ਮਿਆਨ ਵਿੱਚੋਂ ਤਲਵਾਰ ਜੀ, ਵੇਖਦੇ ਆ ਗਈ ਕੱਲ ਫੱਟ ਜੀ ਤੇ ਕਾਲਜ ਦੇ ਵਿੱਚ ਖੁੱਲ ਗਿਆ ਫੱਟ ਜੀ। ਦੇਖ ਟੁੱਲੇ ਨੂੰ ਨਾ ਭੇਤ ਸੋਹਣੀ ਗਈ ਜਾਣ ਜੀ ਤੇ ਬੀਸ ਤੀਸ ਪਾਂਦੇ ਰੱਖੇ ਆਣ ਅੱਗੇ ਤਾਣ ਜੀ। ਤੇ ਕਰ ਦੇ ਪਸੰਦ ਮੱਟੀਆਂ ਦੇ ਮੱਟ ਜੀ, ਕਾਲਜ ਦੇ ਵਿੱਚ ਖੁੱਲ ਗਏ ਆ ਫੱਟ ਜੀ। ਇੱਕ ਤਰ ਦੇਣ ਦੂਜੇ ਨੇ ਅਠਾਵਦੇ, ਬਿਨਾਂ ਐਬ ਪਾਂਡਿਆਂ ਨੂੰ ਐਬ ਲਾਵਦੇ। ਵਾਹ ਜੀ ਵਾਹ, ਤੁਹਾਨੂੰ ਤਾਂ ਇਹ ਸਾਰਾ ਕੁਝ ਯਾਦ ਹੈ। ਕਿੱਥੋਂ ਯਾਦ ਕਿੱਥੋਂ ਕੀਤਾ? ਬਸ ਇੱਥੇ ਪੜ੍ਹਦੇ ਪੜ੍ਹਦੇ। ਅੱਛਾ, ਇਹ ਕਿਸੇ ਨੇ ਕੋਈ ਕਿਤਾਬ ਦਿੱਤੀ ਸੀ? ਉੱਥੋਂ ਲੈ ਕੇ ਆਏ ਆ ਕਹਾਣੀਆਂ ਜਾਂ ਇੱਥੇ ਆ ਕੇ ਸਿੱਖੀਆਂ? ਇੱਥੇ ਆਣ ਕੇ ਸਿੱਖੀਆਂ। ਉੱਥੇ ਵੀ ਹੋਣਾ ਕੁਛ ਨਾ ਉੱਥੇ ਵੀ ਹੁੰਦਾ। ਅੱਛਾ, ਉੱਥੇ ਅੱਛਾ ਕੋਈ ਆਪਣੇ ਉਹ ਸੁਰਾਂ ਤਾਂ ਹੈ ਜ਼ਹਿਨ ਦੇ ਵਿੱਚ ਸੁਰਾਂ? ਉਹ ਜਦੋਂ ਢੋਲਾ ਮਰਿਆ ਨਾ, ਹਾਂ ਹਾਂ, ਅਤੇ ਉਹ ਭੌਰਾ ਭੌਰਾ ਰਾਖੀ ਕਹਿੰਦਾ ਉਹਨੂੰ, ਤੋਤਾ ਕਹਿੰਦਾ ਵੀ ਇੱਥੇ ਇਹਦੀ ਕਬਰ ਕੱਢ ਦਈਏ ਅਤੇ ਇੱਥੇ ਇਹਨੂੰ ਨੱਪ ਦਈਏ, ਹੈ। ਅਤੇ ਉਹ ਹੁਣ ਔਰਤ ਦਾਸ ਸੀ, ਦਿਲ ਥੋੜ੍ਹਾ ਹੁੰਦਾ। ਉਹ ਜਦੋਂ ਥੱਲੇ ਗਈ ਤਾਂ ਉਹ ਅੱਗੋਂ ਆਵਾਜ਼ ਆਵੇ ਕਹੀ ਦੀ, ਉਹਨੇ ਕਿਹਾ ਮੈਂ ਪੱਟ ਦੀ ਕਬਰਾਂ ਵੇ ਵਿੱਚ ਖੜਕਦੀਆਂ ਕਈਆਂ, ਕੱਢ ਲਈ ਜਾਨ ਮੇਰੇ ਟੋਲੇ ਦੀ, ਰੱਬ ਦੇ ਸਖਤਿਆਂ ਵਈਆਂ, ਇੱਥੇ ਦੱਬੀਏ ਟੋਲੇ ਨੂੰ ਨੀ, ਪਿਛਾਂ ਨੂੰ ਕਰ ਲਈਏ ਮੋੜਾ। ਵਾਹ ਜੀ ਵਾਹ, ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ। ਤੇ ਕੋਈ ਵਿਆਹਾਂ ਸ਼ਾਦੀਆਂ ਦੇ ਗੀਤ ਵੀ ਹੈ ਜ਼ਿਹਨ ਦੇ ਵਿੱਚ ਕਿ ਨਹੀਂ? ਵਿਆਹਾਂ ਸ਼ਾਦੀਆਂ ਬੋਲੀਆਂ ਹੁੰਦੀਆਂ ਸੀ ਕੋਈ? ਆਹੋ ਹਾਂ, ਕੋਈ ਹੈ ਜ਼ਿਹਨ ਦੇ ਵਿੱਚ? ਅੱਛਾ, ਕੋਈ ਕਰਦੇ ਤਾਂ ਬਸੇਰੀਆਂ ਨਹੀਂ ਆ, ਪਰ ਹੁਣ ਚੇਤੇ ਭੁੱਲੇ ਪਏ ਆ। ਤੇ ਮੌਲਵੀ ਗੁਲਾਮ ਰਸੂਲ ਦੇ ਸ਼ੇਰ ਕੋਈ ਯਾਦ ਹੈ? ਜੀ ਜੀ ਹਾਂ ਹਾਂ। ਵੈ ਦਿਲ ਖੋਲ ਪੁਰਾਣੇ ਦਫ਼ਤਰ ਤੇ ਭਰੇ ਫਰਾਕਾਂ ਵਾਲੇ, ਤੇ ਤੀਜੀ ਵਾਰੀ ਭਾਈ ਸਾਰੇ ਮਿਸਰ ਨਵਾਈ ਪਹੁੰਚੇ, ਜੋ ਵੱਲ ਭਾਈ ਮਿਸਰਿਆ ਉਸਨੇ ਖਬਰਾਂ ਪਾਈਆਂ, ਇਸਤਕਬਾਲ ਕਿਆ ਚੜ ਨਾਕਾ ਤੇ ਆਰ ਲਿਆ ਵਿੱਚ ਪਾਈਆਂ। ਉੱਥੇ ਬਾਪ ਵਸੀਅਤ ਕੀਤੀ ਸੀ ਵੀ ਦੋ ਲੰਘਿਓ ਮਤਾ ਨਜ਼ਰ ਲੱਗ ਜਾਏ। ਬੜੇ ਜਵਾਨ ਸੀ, ਜਿਹੜਾ ਸ਼ਮਾਉਣ ਸੀ ਸ਼ੇਰਾਂ ਨੂੰ ਇਸ ਤਰ੍ਹਾਂ ਟਕਰਾ ਲਵਾਉਂਦਾ ਸੀ। ਤੇ ਯਾਰਾਂ ਹੋ ਗਏ ਨਾ, ਫਿਰ ਬਿਨਿਆਮੀਨ ਨੂੰ ਕਹਿ ਕੇ, ਕਿੱਸਾ ਯੂਸਫ ਅਲੈਹ ਸਲਾਮ ਤੁਸੀਂ ਸੁਣਾ ਰਹੇ? ਹਾਂਜੀ। ਅੱਛਾ, ਬਿਨਿਆਮੀਨ ਨੂੰ ਕਹਿੰਦੇ ਇੱਥੇ ਅਟਕ ਪਿਆਰੇ, ਤੇ ਤੈਂ ਵੱਲ ਇੱਕ ਮੁੜ ਸਾਥੀ ਆਵੇ ਤੇ ਨਾਲ ਖੜੇ ਦਰਬਾਰੇ, ਉਹਨਾਂ ਗਿਆ ਨੂੰ ਮੁੱਦਤ ਗੁਜ਼ਰੀ ਤੇ ਵਕਤ ਕੋ ਵੇਲਾ ਹੋਇਆ, ਬਿਨਮਿਆ ਬਿਨਿਆਮੀਨ ਦਿਲੋਂ ਤਪ ਦਰਦੋਂ ਤੇ ਨੈਣ ਲਹੂ ਬਰ ਰੋਇਆ, ਤੇ ਜਿਬਰਾਈਲ ਪੈਸਾ ਮਿਲਿਆ ਯੂਸਫ ਨੂੰ ਦਰਗਾਹੋਂ, ਵੀਰ ਤੇਰੇ ਅੱਜ ਆਏ ਯੂਸਫ ਤੇ ਚੱਡ ਦੋ ਰਾਡੇ ਰਹੋਂ, ਦਸ ਬੜੇ ਵਿੱਚ ਸ਼ਹਿਰੇ ਤੇ ਤੇਰਾ ਵੀਰ ਇਕੱਲਾ, ਬਾਹਰ ਹੁਣ ਦਰ ਤੋਂ ਰੋਂਦਾ ਤੇ ਦਿਲ ਨੂੰ ਨਹੀਂ ਤਸੱਲਾ। ਹੁਣ ਪੁਰਾਣਾ ਘਰ ਜਿਹੜਾ ਹੈ ਜੀਰੇ ਦੇ ਵਿੱਚ ਜੀ, ਕਦੀ ਯਾਦ ਆਉਂਦਾ? ਆਉਂਦਾ ਰੋਜ਼ਾਨਾ, ਨਕਸ਼ਾ ਉਵੇਂ ਯਾਦ ਆ ਸੋਹਣਾ। ਅੱਛਾ, ਹਾਂ, ਦਿਲ ਕਰਦਾ ਜਾਣ? ਦਿਲ ਤਾਂ ਜ਼ਰੂਰ ਕਰਦਾ। ਕਿੰਨਾ ਕੁ ਯਾਦ ਆਉਂਦਾ? ਬਹੁਤ ਯਾਦ ਆਉਂਦਾ ਯਾਰ, ਬਾਜੇ ਬਾਜੇ ਵਾਲੇ ਤਾਂ ਮੈਨੂੰ ਆਂਸੂ ਆ ਜਾਂਦੇ ਰਾਤ ਨੂੰ, ਮੈਂ ਇੱਥੇ ਇਕੱਲਾ ਪਿਆ ਹੁੰਦਾ। ਉਹਨੇ ਆਖਿਆ ਦੇ ਪਰਦੇਸ ਗਿਆ ਪਰਦੇਸੀ ਹੋਇਆ ਤੇ ਦਿਲ ਵਤਨਾ ਵੱਲ ਚਾਵੇ, ਜੇ ਹਰ ਵਕਤ ਦਿਲ ਤੇ ਯਾਦ ਆਉਂਦੀ ਰਹਿੰਦੀ ਅੱਲਾ ਜਾਣਦਾ। ਉਹ ਗੱਲ ਉਹ ਸਵਾਦ ਹੀ ਨਹੀਂ ਆਉਂਦਾ ਇੱਥੇ। ਕਿਉਂ ਯਾਦ ਆਉਂਦਾ ਯਾਰ? ਉਹ ਪਾਣੀ ਇਸ ਦੁੱਧ ਵਰਗਾ ਸੀ, ਇੰਨਾ ਤਾਕਤਵਰ ਪਾਣੀ ਸੀ, ਨਾਲੇ ਘਰ ਸੀ, ਨਾਲੇ ਘਰ ਸੀ, ਜੰਮਣ ਪੂਮਣਾ ਉੱਥੇ ਸੀ, ਬਾਪ ਦੀ ਮਾਂ ਦੀ। ਕਿੰਨੀ ਬਦਕਿਸਮਤੀ ਹੈ, ਬੰਦਾ ਜਿੱਥੇ ਜੰਮਿਆ ਉੱਥੇ ਜਾ ਹੀ ਨਹੀਂ ਸਕਦਾ। ਨਹੀਂ ਜਾ ਸਕਦਾ।
ਕਿੰਨੀ ਬਦਕਿਸਮਤੀ, ਉਹ ਜਗ੍ਹਾ ਹੀ ਨਹੀਂ ਦੇਖ ਸਕਦਾ ਬੰਦਾ। ਚਲੋ ਰੱਬ ਕੋਈ ਮੌਕਾ ਦੇਵੇਗਾ। ਅੱਛਾ, ਅੱਲਾ ਤਾਲਾ ਕਰਮ ਕਰੇ। ਹਾਂ ਚੰਗਾ ਜੀ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਅਤੇ ਸਾਡੇ ਨਾਜ਼ਰੀਨ ਜਿਹੜੇ ਹੈ, ਤੁਸੀਂ ਦੇਖਿਆ ਕਿ ਕਿੰਨੀਆਂ ਸੋਹਣੀਆਂ ਗੱਲਾਂ, ਕਿੰਨਾ ਕੁਛ ਇਹਨਾਂ ਲੋਕਾਂ ਦੇ ਕੋਲ ਹੈਗਾ। ਇਹ ਚੱਲਦੇ ਫਿਰਦੇ ਸਕੂਲ ਨੇ, ਕਾਲਜ ਨੇ, ਯੂਨੀਵਰਸਿਟੀਆਂ ਨੇ ਇਹ, ਔਰ ਜਿੰਨਾ ਕੁਛ ਇਹਨਾਂ ਦੇ ਕੋਲ ਹੈ ਆ, ਉਹ ਅੱਜ ਤੱਕ ਨਾ ਸਾਡੇ ਕਿਸੇ ਨਿਸਾਬ ਦਾ ਹਿੱਸਾ ਬਣਿਆ, ਨਾ ਇਹਨਾਂ ਲੋਕਾਂ ਨੂੰ ਕੋਈ ਅਹਿਮੀਅਤ ਦਿੱਤੀ ਗਈ ਹੈ। ਦੇਖੋ, ਇਹ ਉਹ ਲੋਕ ਨੇ ਜਿਹੜੇ ਬਹੁਤ ਕੁਛ ਇਹਨਾਂ ਦੇ ਕੋਲ ਹੈ, ਨਾ ਕੋਈ ਐਸਾ ਇਦਾਰਾ ਬਣਿਆ ਸੀ ਕਿ ਸਾਡੀ ਇਸ ਲੋਕ ਦਾਨਿਸ਼ ਨੂੰ, ਸਾਡੇ ਇਸ ਲੋਕ ਅਦਬ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਕੱਠਾ ਕੀਤਾ ਜਾਂਦਾ। ਆਪਣੇ ਤੌਰ 'ਤੇ ਲੋਕ ਜਿਹੜੇ ਨੇ ਉਹ ਚੀਜ਼ਾਂ ਇਕੱਠੀਆਂ ਕਰ ਲੈਂਦੇ ਨੇ, ਲੇਕਿਨ ਕਦੀ ਵੀ ਸਰਕਾਰੀ ਸਤ੍ਹਾ 'ਤੇ ਇਹੋ ਜਿਹਾ ਕੰਮ ਨਹੀਂ ਹੋਇਆ। ਅਤੇ ਅਸੀਂ ਇਹ ਪ੍ਰੋਗਰਾਮ ਇਸ ਲਈ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਇਹੋ ਜਿਹੇ ਲੋਕਾਂ ਦੇ ਨਾਲ ਤੁਹਾਨੂੰ ਮਿਲਵਾਇਆ ਜਾਵੇ, ਤਾਂ ਕਿ ਇਹ ਗੱਲਾਂ ਜਿਹੜੀਆਂ ਇਹਨਾਂ ਦੇ ਸੀਨੇ ਦੇ ਵਿੱਚ ਉਹ ਤੁਹਾਡੇ ਤੱਕ ਪਹੁੰਚਾਈਆਂ ਜਾਣ। ਅਤੇ ਅਸੀਂ ਹੁਣ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ ਅਗਲੇ ਪ੍ਰੋਗਰਾਮ ਤੱਕ। ਅਤੇ ਬਹੁਤ ਬਹੁਤ ਸ਼ੁਕਰੀਆ।